ਕੁੱਤੀ ਤੈਨੂੰ ਸੌਣ ਵਾਸਤੇ ਲਿਆਂਦਾ ਹੈ ਚੱਲ ਫੜਿਆ ਸਾਰਾ ਕੰਮ ਤੇ ਆਇਆ ਕਰ ਹਾਂਜੀ ਹਾਂਜੀ ਮੈਂ ਕਰਦੇ ਤਾਂ ਕੀ ਹੋਇਆ ਕਿਉਂ ਬੋਲ ਹੇ ਹੇ ਸੀਆ ਮਰ ਜੇ ਕੀ ਮੇਰੇ ਹੱਥੋਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਕੌਣ ਸੀ ਇਹ ਮਾਸੂਮ ਕੁੜੀ ਜਿਸ ਤੇ ਇੰਨਾ ਜ਼ੁਲਮ ਹੋ ਰਿਹਾ ਸੀ ਆਓ ਇਹ ਜਾਣਨ ਲਈ ਤੁਹਾਨੂੰ ਲੈ ਚੱਲਦੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੰਢੂਆਂ ਵਿੱਚ ਦਰਅਸਲ ਇਹ ਕਹਾਣੀ ਇੱਕ ਆਮ ਕਿਸਾਨ ਦੀ ਹੈ ਅੱਜ ਕੱਲ੍ਹ ਵੇ ਦੇਖ ਲੈ ਕਿੰਨੇ ਮਾੜੇ ਆ ਗਏ ਕੀ ਹੋ ਗਿਆ ਬੇਬੇ ਉਹਨਾਂ ਦੀ ਸੁਰਜਣ ਦੀ ਕੁੜੀ ਨੂੰ 6 ਦਿਨ ਹੋ ਗਏ ਘਰੋਂ ਗਈ ਨੂੰ ਅੱਛਾ ਕਿੱਥੇ ਹੁੰਦੀ ਨਹੀਂ ਪਤਾ ਨਹੀਂ ਲੱਗਦਾ ਕਿੱਥੇ ਗਈ ਹੈਗੀ ਅੱਜ ਕੱਲ੍ਹ ਵੇ ਰੱਬ ਦੀ ਕਿ ਨਹੀਂ ਦੇਖ ਲੈ ਬੇਬੇ ਕਿਉਂ ਤੇ ਇਹ ਗੱਲਾਂ ਇਧਰੋਂ ਕਰਦੀ ਹੁੰਨੀ ਆ ਤੈਨੂੰ ਪਤਾ ਨਹੀਂ ਆਪਣੇ ਜੱਸਾ ਕਿੰਨੀ ਸਿਆਣੀ ਆ ਉਹ ਚੱਲ ਛੋਟਾ ਤਾਂ ਆਹੀ ਕਰੀਏ ਚੱਲਿਓ ਮੈਨੂੰ ਜਾਣ ਦੇ ਅੜਤੀ ਹੈ ਕੋਲੇ ਰੋਜ਼ ਹੀ ਪਿੰਗ ਪਾ ਕੇ ਬਹਿ ਜਾਣਗੀਆਂ ਸਰ ਅੱਜ ਬਾਹਰ ਆ ਪੁੱਤ ਅੱਜ ਨਾ ਜਾਈਂ ਬਾਹਰ ਨੂੰ ਉਹਦਾ ਸੱਪਾ ਹੋ ਗਿਆ ਹੁਣ ਚੱਲ ਕੋਈ ਨਹੀਂ ਮੈਂ ਕੱਲ ਨੂੰ ਜਾਉਂਗਾ ਕੱਲ ਨੂੰ ਦਾ ਫੇਰ ਐਤਵਾਰ ਹੈ ਅੱਛਾ ਤੇ ਬਾਹਰ ਐਤਵਾਰਾਂ ਦੇ ਉੱਤੋਂ ਸੱਪੇ ਰਹਿੰਦੇ ਨੇ ਚੱਲ ਮੈਂ ਸੋਮਵਾਰ ਨੂੰ ਜਾਉਂਗਾ ਆਹੋ ਸੋਮਵਾਰ ਨੂੰ ਬਾਹਰ ਜੀ ਆਪਣੀ ਜੱਸੂ ਨੂੰ ਤਾਂ ਮੈਂ ਹਲੇ ਹੋਰ ਪੜ੍ਹਾਉਂਗਾ ਕੁੜੀ ਮਟਿਆਰ ਹੋ ਰਹੀ ਹੈ ਪਰ ਵਿਆਹ ਕੇ ਤੋਰ ਆਹੋ ਬੇਬੇ ਉਹ ਤਾਂ ਮੈਂ ਵੀ ਕਰੀ ਸੀ ਮਿੰਦੇ ਨਾਲ ਗੱਲ ਉਹ ਕਹਿੰਦਾ ਮੁੰਡਾ ਸ਼ਹਿਰ ਰਹਿੰਦਾ 5 ਕਿੱਲੇ ਜ਼ਮੀਨ ਆਉਂਦੀ ਹੈ ਆਪਣੀ ਜੱਸੂ ਤਾਂ ਰਾਜ ਕਰੂ ਉੱਥੇ ਰਾਜ ਹੋਰ ਕੀ ਭਾਲਦਾ ਪਰਾ ਕਰ ਨੂੰ ਵਿਆਹ ਕੇ ਤੋਰ ਨਾ ਐਵੇਂ ਕਿਵੇਂ ਤੋਰ ਦਈਏ ਪਹਿਲਾਂ ਪੁੱਛ ਕਿਸ਼ਤਾ ਕਰ ਲੋ ਕੀ ਦਾ ਮੁੰਡਾ ਨਸ਼ਾ ਪੱਤਾ ਹੀ ਕਰਦਾ ਹੋਵੇ ਉਹ ਨਸ਼ੇ ਪੱਤੇ ਨੂੰ ਦੱਸ ਐਵੇਂ ਮਰੀ ਜਾਂਦੀਆਂ ਜਵਲੀਆਂ ਮੜਾ ਮੋਟਾ ਪੇਗ ਸ਼ੇਗ ਲਾਉਂਦਾ ਉਹ ਪਈ ਨਗ ਦਾ ਅੱਜ ਕੱਲ ਰਵਾਜ ਹੀ ਹੈ ਆਪਣੀ ਜੱਸੂ ਤਾਂ ਉੱਥੇ ਰਾਜਗੁਰੂ ਪਿਓ ਮੁਲਾਜ਼ਮ ਹੈ ਨਾ ਬਾਪੂ ਮੈਂ ਤਾਂ ਹਜੇ ਪੜ੍ਹਨਾ ਨਾਲੇ ਮੇਰੀ ਕਿਹੜਾ ਉਮਰ ਹੋਈ ਹੈ ਮੈਂ ਤਾਂ ਪੜ੍ਹ ਲਿਖ ਕੇ ਕੋਈ ਵੱਡੀ ਅਫਸਰ ਬਣਨਾ ਇਹ ਪੜ੍ਹ ਕੇ ਦੱਸ ਕੀ ਤੂੰ ਡੀਸੀ ਲੱਗੇਗੀ ਉਹ ਚੱਲ ਕਿਉਂ ਬੇਬੇ ਤੂੰ ਜਵਾਕਾਂ ਨਾਲ ਅੜੀ ਜਾਨੀ ਹੈ ਉਹ ਤੂੰ ਆ ਖੋਲ ਦੇ ਫੱਟ ਹੁਣ ਤੜਕੇ ਦਾ ਧਰਿਆ ਹੈ ਨਾਲੇ ਪਰਨਾ ਫੜਾ ਮੇਰਾ ਜਾਣਾ ਮੈਂ ਇੱਕ ਵਾਰ ਹੋਰ ਸੋਚ ਲਓ ਕੁੜੀ ਨੂੰ ਘੱਟ ਬੈਠਾ ਸੋਚਣਾ ਮੇਰਾ ਤੂੰ ਦਿਮਾਗ ਨਾ ਖਰਾਬ ਕਰ ਫੜਾ ਪਰਨਾ ਉੱਥੇ ਮਿੰਦਾ ਡੀਕਦਾ ਹੋਊਗਾ ਮੈਨੂੰ ਕਰਦੀਆਂ ਨੇ ਗੱਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਨੇ ਜੀ ਉਹ ਜਿਨ੍ਹਾਂ ਦੀ ਕੁੜੀ ਦੀ ਗੱਲ ਕਰਦਾ ਅੱਛਾ 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 ਬਹੁਤ ਸੋਹਣੀ ਸੁਨੱਖੀ ਕੁੜੀ ਹੈ ਨਾਲੇ ਲਾਇਕ ਹੈ ਅੱਛਾ ਕਿੰਨੀ ਪੜ੍ਹੀ ਹੋਈ ਆ ਉਹ ਐਤਕੀ 10ਵੀਂ ਕਰਦੀ ਜੀ ਅੱਛਾ ਚਲੋ ਚਲੋ ਠੀਕ ਹੈ ਚਲੋ ਠੀਕ ਆ ਆ ਚਾਹ ਲੈ ਕੇ ਆਓ ਬਈ ਮੁੰਡੇ ਨੂੰ ਬੁਲਾ ਲਾਂਗੇ ਜੀ ਮਾੜਾ ਜਿਹਾ ਅੱਛਾ ਬੁਲਾ ਲੈਂਦੇ ਆ ਹਾਂ ਬੁਲਾ ਲਓ ਕਰ ਲਓ ਹਾਂ ਤਾਂ ਬਿੱਕੀ ਬੇਟਾ ਜਲਦੀ ਕਰ ਆ ਆਪਣੇ ਰਿਸ਼ਤੇਦਾਰ ਆਏ ਹੋਏ ਨੇ ਜਲਦੀ ਆ ਆ ਰਹੇ ਹਾਂ ਜਿਆਦਾ ਲੋ ਮਣੀ ਜੀ ਲੈ ਲੈ ਚਾਹ ਲੈ ਤੁਸੀਂ ਲੋ ਆ ਮੁੰਡਾ ਵੀ ਆ ਗਿਆ ਜੀ ਆ ਦੇਖ ਲਓ ਜੀ ਮੁੰਡਾ ਮੁੰਡਾ ਦੱਸ ਨਹੀਂ ਕਰਦਾ ਤੁਸੀਂ ਦੇਣ ਲੈਣ ਬਾਰੇ ਦੱਸ ਦਿਓ ਮਾੜਾ ਜਿਹਾ ਦੇਣ ਲੈਣ ਦਾ ਚਲੋ ਮੁੰਡਾ ਠੀਕ ਹੈ ਜੀ ਤੁਹਾਨੂੰ ਪਤਾ ਹੀ ਆ ਤੇ ਉਹ ਦੱਸਿਆ ਹੋਇਆ ਵਿਚੋਲੇ ਵੀ ਸਾਹਿਬ ਆ ਚਲੋ ਠੀਕ ਹੈ ਜੀ ਬਾਕੀ ਦਾ ਸਭ ਰਾਜੀ ਖੁਸ਼ੀ ਹੈ ਹਾਂ ਸਭ ਸਭ ਠੀਕ ਹੈ ਹਾਂ ਸਮਝੇ ਜੀ ਹਾਂ ਹਾਂ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਚੰਗਾ ਚੰਗਾ ਤਾਂ ਦੇਖਿਆ ਤੁਸੀਂ ਦੋਸਤੋ ਇੱਕ ਕਿਸਾਨ ਸਮਾਜ ਦੇ ਭੈੜੇ ਹਾਲਾਤਾਂ ਤੋਂ ਡਰਦਾ ਹੋਇਆ ਆਪਣੀ ਧੀ ਦਾ ਰਿਸ਼ਤਾ ਕਰਾਉਂਦਾ ਹੈਲੋ ਹਾਂ ਬਾਈ ਮਿੰਦੇ ਹਾਂ ਹਾਂ ਅੱਛਾ ਕੀ ਕਹਿੰਦੇ ਮੇਰੇ ਤਾਂ ਬਹੁਤ ਕਾਲ ਕਰਦੇ ਨੇ ਤੂੰ ਕਹਿਦਾ ਨਾ ਬਾਈ ਬੇਬੇ ਦਾ ਫੋਨ ਆਇਆ ਸੀਗਾ ਕੀ ਕਹਿੰਦਾ ਉਹ ਕਹਿੰਦਾ ਵਿਆਹ ਨੂੰ ਤਾਂ ਰਾਜੀ ਹੋ ਗਏ ਉਹ ਪਰ ਉਹ ਕਹਿੰਦੇ ਵਿਆਹ ਤਾਂ ਐਤਕੀ ਮਾਘ ਚ ਹੀ ਕਰਨਾ ਸੀ ਨੇ ਫਿਰ ਕਰਾਂਗੇ ਪੁੱਤ ਬੇਬੇ ਐ ਕਹਾਲ ਵਾਲੀ ਕਰਦੇ ਨੇ ਵੀ ਜੇ ਫਸਲ ਤੇ ਕਰ ਲੈਂਦੇ ਠੀਕ ਠੀਕਾ ਕੋਈ ਨਾ ਪੁੱਤ ਦੇਣ ਲੈਣ ਤਾਂ ਫਿਰ ਵੀ ਹੋ ਜਾਊਗਾ ਚੱਲ
देखते हैं फिर मैं कर दा गल चंगा बेबे ਦਾ ਵਿਆਹ ਕੀਤਾ ਸੀ ਵਿਆਹ ਤੋਂ ਬਾਅਦ ਹਾਲਾਤ ਉਹਨੇ ਹੀ ਮਾੜੇ ਨਿਕਲੇ ਸਗੋਂ ਉਸ 'ਤੇ ਉਹਦੇ ਆਪਣੇ ਘਰ ਵਾਲੇ ਵੱਲੋਂ ਅਤੇ ਉਹਦੀ ਸੱਸ ਵੱਲੋਂ ਬਹੁਤ ਜ਼ੁਲਮ ਕੀਤੇ ਜਾਣ ਲੱਗੇ ਉਹਨੂੰ ਆਪਣੇ ਪੇਕੇ ਮਿਲਣ ਵੀ ਨਾ ਜਾਣ ਦਿੱਤਾ ਗਿਆ ਅਤੇ ਥੱਕ ਹਾਰ ਕੇ ਉਹ ਕੁੜੀ ਦੇ ਮਾਂ ਬਾਪ ਉਸ ਨੂੰ ਮਿਲਣ ਲਈ ਉਸਦੇ ਸਹੁਰੇ ਆ ਜਾਂਦੇ ਮੁੰਡੇ ਦੇ ਡੈਡੀ ਕਿੱਥੇ ਜੀ ਤੁਸੀਂ ਦੱਸੋ ਕੀ ਕੰਮ ਹੈ ਕੰਮ ਤਾਂ ਕੁਛ ਨੀ ਜੀ ਸਰ ਮਿਲ ਲੈਂਦੇ ਨਾਲੇ ਆਪਣੀ ਜੱਸੂ ਨੂੰ ਜੀ 15-20 ਦਿਨ ਹੋ ਗਏ ਪਿਆ ਜੀ ਮਿਲਣ ਵੀ ਨਹੀਂ ਭੇਜੀ ਜੀ ਅਸੀਂ ਗੱਲਬਾਤ ਕਰਨ ਆਏ ਸੀ ਅਸੀਂ ਤਾਂ ਵੀ ਚਲੋ ਮਿਲ ਜਾਂਦੇ ਮਿਲਣ ਨੂੰ ਦੱਸ ਕੀ ਹੋਇਆ ਹੈਗਾ ਇੱਥੇ ਵਧੀਆ ਤਾਂ ਖੁਸ਼ ਰਹਿੰਦੇ ਨੇ ਇਹਨਾਂ ਦੀ ਮਰਜ਼ੀ ਹੈ ਜਦੋਂ ਮਰਜ਼ੀ ਜਾ ਜਾਣਗੇ ਮੈਂ ਕਿਹੜਾ ਰੋਕਣ ਲੱਗੀ ਹਾਂ ਖੁਸ਼ ਤਾਂ ਹੈਗੇ ਨੇ ਭੈਣ ਜੀ ਪਰ ਜੱਸੀ ਨਾਲ ਮੈਂ ਕਰੀ ਚੱਲਣ ਲੱਗ ਗਿਆ ਇਹਨੂੰ ਮੁੰਡਾ ਭੂਤ ਭੱਪ ਕਰਦਾ ਨਸ਼ਾ ਪਤਾ ਕਰਕੇ ਮੜਾ ਜਿਹਾ ਸਮਝਾ ਦਿਓ ਜੀ ਉਹ ਤਾਂ ਚੱਲ ਕੋਈ ਨਾ ਉਹ ਤਾਂ ਯਾਰਾਂ ਦੋਸਤਾਂ ਵਿੱਚ ਥੋੜ੍ਹੀ ਮੋਟੀ ਲਾ ਲੈਂਦਾ ਇਹ ਫਿਰ ਕੀ ਵੱਡੀ ਗੱਲ ਹੋਊਗੀ ਚੱਲ ਜੀ ਕੋਈ ਨਾ ਘੂਰ ਘੱਪ ਨਾ ਕਰੇ ਫਿਰ ਕੋਈ ਨਾ ਮੈਂ ਸਮਝਾ ਦੂੰਗੀ ਕੋਈ ਨਾ ਚੱਲ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਚੱਲ ਠੀਕ ਹੈ ਚੰਗਾ ਪੁੱਤ ਸਿਆਣੀ ਬਣ ਕੇ ਰਹਿ ਹਾਂ ਤੁਸੀਂ
ਸਿਆਣੀ ਬਣ ਕੇ ਰਹਿ ਚੰਗਾ ਸਹੁਰਿਆਂ ਦੇ ਜ਼ੁਲਮਾਂ ਤੋਂ ਮਜਬੂਰ ਹੋ ਕੇ ਕੁੜੀ ਆਪਣੇ ਪੇਕੇ ਘਰ ਚਲੀ ਆਉਂਦੀ ਹੈ। ਪੇਕੇ ਆ ਕੇ ਆਪਣੀ ਸਾਰੀ ਦੁੱਖ ਭਰੀ ਕਹਾਣੀ ਆਪਣੇ ਮਾਂ ਪਿਓ ਨੂੰ ਸੁਣਾਉਂਦੀ ਹੈ ਅਤੇ ਉਸਦਾ ਪਿਓ ਉਸਦੇ ਸੁਪਨੇ ਪੂਰੇ ਕਰਨ ਦਾ ਇੱਕ ਵਾਅਦਾ ਕਰ ਲੈਂਦਾ ਉਸ ਨਾਲ ਅਤੇ ਅੱਗੇ ਕੀ ਹੁੰਦਾ ਆਓ ਦੇਖਦੇ। ਅਖੀਰ ਉਹ ਲਾਲਚੀ ਪਰਿਵਾਰ ਜਸਵਿੰਦਰ ਕੌਰ ਦੇ ਸਹੁਰਿਆਂ ਦਾ ਜਸਵਿੰਦਰ ਨੂੰ ਹੁਣ ਆਪਣੇ ਨਾਲ ਲਿਜਾਣ ਲਈ ਉਸਦੇ ਪੇਕੇ ਆਉਂਦਾ ਹੈ। ਪਰ ਪੇਕੇ ਆ ਕੇ ਉਹ ਦੇਖਦੇ ਨੇ ਉਹ ਆਮ ਕਿਸਾਨ ਦੇ ਘਰ ਦੇ ਹਾਲਾਤ ਬੜੇ ਬਦਲ ਚੁੱਕੇ। ਉਹਨਾਂ ਦੀ ਕੁੜੀ ਜਸਵਿੰਦਰ ਕੌਰ ਇੱਕ ਬੜੀ ਵੱਡੀ ਪੁਲਿਸ ਅਫਸਰ ਬਣ ਚੁੱਕੀ। ਉਹ ਦੇਖ ਕੇ ਹੱਕੇ ਵੱਕੇ ਰਹਿ ਜਾਂਦੇ ਨੇ ਅਤੇ ਮਾਫੀਆਂ ਮੰਗਦੇ ਨੇ। ਬੱਚਿਆਂ ਦੇ ਮਨਾਂ ਤੋਂ ਫਰਕ ਪੈ ਗਿਆ ਸੀ ਤਾਂ। ਚਲੋ ਫਿਰ ਬੱਚਿਆਂ ਦੀ ਗੱਲ ਹੈ ਸਰਦਾਰ ਜੀ, ਬੱਚਿਆਂ ਚ ਰਹਿਣ ਦੋ, ਆ ਜਾਂਦੇ ਜੱਸੂ, ਮੈਂ ਕਰ ਲੈਣਾ ਗੱਲ। ਆ ਗਈ ਮੇਰੀ ਧੀ ਜੱਸੂ। ਆ ਜਾ ਆ ਜਾ ਜੱਸੂ ਪੁੱਤ, ਲੈ ਜਾ। ਹੁਣ ਸਾਨੂੰ ਸਮਝ ਆ ਗਈ ਬੇਟਾ, ਹੁਣ ਅਸੀਂ ਤੈਨੂੰ ਧੀ ਬਣਾ ਕੇ ਰੱਖਾਂਗੇ, ਹੁਣ ਤੇਰੇ ਤੋਂ ਕੋਈ ਜ਼ੁਲਮ ਨਹੀਂ ਹੋਊਗੀ, ਜੋ ਤੇਰੀ ਇੱਛਾ ਹੋਊਗੀ ਤੇਰੀ ਪੂਰਾ ਕਰਾਂਗੇ। ਏਦਾਂ ਨਾ ਕਰ ਬੇਟਾ, ਅਸੀਂ ਤੈਨੂੰ ਲੈਣ ਆਇਆ, ਅਸੀਂ ਆਪਣੀ ਗਲਤੀ ਦਾ ਅਹਿਸਾਸ ਕਰ ਦਿਆਂਗੇ। ਸਰਦਾਰ ਜੀ, ਜੇ ਤੁਹਾਨੂੰ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਅਸੀਂ ਵੀ ਧੀਆਂ ਆਏ ਹਾਂ, ਅਸੀਂ ਵੀ ਧੀਆਂ ਨੂੰ ਘਰੇ ਰੱਖ ਕੇ ਕੋਈ ਵੱਡਾ ਮਾਣ ਮਹਿਸੂਸ ਨਹੀਂ ਕਰ। ਜੇ ਤੁਹਾਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਅਸੀਂ ਜੱਸੂ ਨੂੰ ਤੁਹਾਡੇ ਨਾਲ ਤੁਰਨ ਨੂੰ ਤਿਆਰ, ਤੁਹਾਨੂੰ ਪੂੰਜੇ ਬੈਠਣ ਦੀ ਲੋੜ ਨਹੀਂ, ਤੁਸੀਂ ਆਓ ਸਾਡੇ ਬਰਾਬਰ ਹੋ।
ਤੇ ਬਰਾਬਰੀ ਦਾ ਦਰਜਾ ਹਮੇਸ਼ਾ ਬਣਾ ਕੇ ਰੱਖੀ। ਜੇ ਤੁਸੀਂ ਘਰ ਆਈ ਨੂੰ ਧੀਆਂ ਦਾ ਪਿਆਰ ਦਿਓਗੇ ਤਾਂ ਕਦੇ ਵੀ ਕੋਈ ਰਿਸ਼ਤੇ ਨਹੀਂ ਟੁੱਟਣੇ। ਸਰਦਾਰ ਜੀ ਇੱਕ ਵਾਅਦਾ ਕਰੋ ਕਿ ਤੁਸੀਂ ਜੱਸੂ ਨੂੰ ਹੁਣ ਨੂੰ ਬਣਾ ਕੇ ਨਹੀਂ ਧੀਆਂ ਵਾਂਗ ਪਿਆਰ ਕਰੋਗੇ। ਸਰਦਾਰ ਸਾਹਿਬ ਸਾਡਾ ਵਾਅਦਾ ਹੈ, ਜੱਸੂ ਨੂੰ ਅਸੀਂ ਧੀ ਬਣਾ ਕੇ ਰੱਖਾਂਗੇ, ਕੋਈ ਵੀ ਕਮੀ ਨਹੀਂ ਆਉਣ ਦੇਵਾਂਗੇ ਇਹਦੇ ਵਾਸਤੇ। ਮੈਨੂੰ ਮਾਫ਼ ਕਰ ਦਿਓ, ਅੱਜ ਤੋਂ ਬਾਅਦ ਮੈਂ ਕੋਈ ਨਸ਼ਾ ਨਹੀਂ ਕਰਾਂਗਾ, ਨਾ ਹੀ ਜੱਸੂ ਤੇ ਕੋਈ ਜ਼ੁਲਮ ਕਰਾਂਗਾ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਜੇ ਤੂੰ ਇਹ ਵਾਅਦਾ ਕਰਦਾ ਪੁੱਤ ਤਾਂ ਅਸੀਂ ਜੱਸੂ ਨੂੰ ਤੇਰੇ ਨਾਲ ਤੁਰਨ ਨੂੰ ਤਿਆਰ। ਜੱਸੂ ਪੁੱਤ ਤੂੰ ਆਪਣੇ ਘਰ ਜਾ। ਚਲੋ ਠੀਕ ਹੈ ਪਾਪਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਠੀਕ ਹੈ ਮੇਰੀ ਧੀ, ਜਿਉਂਦੇ ਰਹੋ ਪੁੱਤ, ਜਿਉਂਦੇ ਰਹੋ ਧੀਏ। ਤਾਂ ਦੇਖਿਆ ਤੁਸੀਂ ਦੋਸਤੋ, ਇਸ ਸਮੇਂ ਦਾ ਗੇੜ ਪਤਾ ਨਹੀਂ ਕਦੋਂ ਰਾਜੇ ਨੂੰ ਭਿਖਾਰੀ ਬਣਾ ਦੇ ਤੇ ਭਿਖਾਰੀ ਨੂੰ ਰਾਜਾ ਬਣਾ ਦੇ।